ਲਓ ਜੀ ਅਸੀਂ ਹੋਲੀ ਸਿਟੀ ਪਹੁੰਚ ਗਏ ਆ ਅਨੀਤਾ ਦੇਵਗਨ ਦੇ ਘਰ ਜਾਣ ਲੱਗੇ ਆ ਅੱਜ ਵੈਸੇ ਸਾਡਾ ਫੰਕਸ਼ਨ ਮਜੀਠਾ ਰੋਡ ਤੇ ਆ ਪਰ ਸਾਨੂੰ ਅਨੀਤਾ ਦੇਵਗਨ ਨੇ ਇਨਵਾਈਟ ਕੀਤਾ ਹੈ ਉਹ ਕਹਿੰਦੀ ਥੋੜਾ 10 15 20 ਮਿੰਟ ਅੱਧਾ ਘੰਟਾ ਘੰਟਾ ਬੈਠ ਕੇ ਫੰਕਸ਼ਨ ਕਰਾਂਗੇ ਚਾਹ ਪਾਣੀ ਪੀਵਾਂਗੇ ਤੇ ਅਸੀਂ ਮੁੜ ਗਏ ਆ ਜੀ ਹੋਲੀ ਸਿਟੀ ਸੈਂਟਰ ਹੋ ਗਏ ਆ ਤੇ ਅੱਗੇ ਅਸੀਂ ਅਗਲਾ ਰਸਤਾ ਸ਼ਾਇਦ ਆਹੀ ਹੈ ਹਨਾ ਤੇ ਅਸੀਂ ਅਨੀਤਾ ਦੇਵਗਨ ਦੇ ਘਰ ਨੂੰ ਮੁੜ ਗਏ ਆ ਜੀ ਬਸ ਜਲਦ ਹੀ ਅਸੀਂ ਉਹਦੇ ਘਰੇ ਪਹੁੰਚਣ ਲੱਗੇ ਆ बड़ी देर बाद मेल होया ਚਮਕਦੀ ਰਹੇ
ਮੇਰੀ ਉਹੀ ਗੱਲ ਬੀਬੀ ਨੇ ਚੱਲਾ ਬੰਦ ਕਰਤਾ ਮੈਂ ਕਿਹਾ ਭਾਈ ਮੈਂ ਆਉਣਾ ਅੰਮ੍ਰਿਤਸਰ ਪ੍ਰੋਗਰਾਮ ਮੈਂ ਕਿਹਾ ਅਸੀਂ ਤਾਂ ਤੁਹਾਡੇ ਘਰ ਆਉਣਾ ਜ਼ਰੂਰ ਚੰਗੇ ਪਤੌੜ ਸਮੋਸੇ ਪਾਪੜ ਬੜੀਆਂ ਅੰਮ੍ਰਿਤਸਰ ਦੀਆਂ ਖਾ ਕੇ ਦੇਣੀ ਨਾਲੇ ਮੈਂ ਕਿਹਾ ਭਾਈ ਤੁਹਾਡਾ ਲੋਕਡਾਊਨ ਚ ਜਿਹੜੇ ਤੁਸੀਂ ਲੱਕੜ ਹੋਏ ਹੋ ਤੁਹਾਨੂੰ ਲੱਕੜ ਥੋੜੀ ਠੀਕ ਕਰਕੇ ਜਾਣੀ ਹੈ ਫੇਰ ਨਹੀਂ ਆਪਣੇ ਠੀਕ ਹੋਣਾ ਲੈ ਹੁਣ ਕਿਵੇਂ ਕਰਾਂ ਦੱਸ ਕੇਰਾ ਨੀ ਘੋੜੀ ਗਾ ਕੋਈ ਗੀਤ ਸੁਣਾ ਸੀਤਾ ਨਾ ਕਰੋ ਸਾਡੇ ਤਾਂ ਵੇੜੇ ਨੀ ਤੂੰ ਆਈ ਨੀ ਸੁਣ ਕਿਉਂ
ਅਨੀਤਾ ਹੁਣ ਕਿਉਂ ਪਾਲੇ ਡੱਕੇ ਨੀ ਅਨੀਤਾ ਇਸ ਵੇੜੇ ਨੂੰ ਲੱਗਣ ਪਾਠ ਕੁੜੇ ਇਸ ਵੇੜੇ ਨੂੰ ਤੈਨੂੰ ਭਾਗ ਪਰਮੇਸ਼ਰ ਲਾਵੇ ਚੜਿਆ ਚਾ ਨੀ ਅਨੀਤਾ ਨੂੰ ਚੜਿਆ ਚਾ ਨੀ ਅਨੀਤਾ ਨੂੰ ਚੜਿਆ ਚਾ।